ਅਸਲਾਮ ਅਲੈਕੁਮ। ਹਾਂਜੀ, ਕੀ ਹਾਲ ਹੈ ਤੁਹਾਡਾ ਸਾਰਿਆਂ ਦਾ? ਉਮੀਦ ਕਰਨੀ ਆ ਕਿ ਠੀਕ ਠਾਕ ਹੋਵੋਗੇ। ਅਲਹਮਦੁਲਿਲਾ, ਅਸੀਂ ਵੀ ਠੀਕ ਠਾਕ ਹਾਂ। ਅੱਲਾਹ ਪਾਕ ਤੁਹਾਨੂੰ ਠੀਕ ਠਾਕ ਹੀ ਰੱਖੇ, ਅੱਲਾਹ ਪਾਕ ਸਭ ਨੂੰ ਸਿਹਤ ਤੰਦਰੁਸਤੀ ਦੇਵੇ, ਆਮੀਨ ਸੁਮ ਆਮੀਨ। ਹਾਂਜੀ, ਅਤੇ ਬਹੁਤ ਹੀ ਗਰਮੀ ਸੀ ਅਤੇ ਬਿਹਾ ਰਾਣੀ ਵੀ ਆਈ ਸੀ, ਨਾਲ ਉਹਦੀ ਮੰਮਾ ਵੀ ਆਏ ਸੀ, ਅਤੇ ਮੈਂ ਕਿਹਾ ਚਲੋ ਗਰਮੀ ਦਾ ਅੱਲਾ ਹੈ ਕਿ ਚਲੋ ਮਾਮੂ ਹਸਨ ਦੀ ਦੁਕਾਨ 'ਤੇ ਜਾਓ, ਈਸਾ ਸਾਹਿਬ ਕੁਲਫੀਆਂ ਲੈ ਕੇ ਆਓ। ਈਸਾ ਸਾਹਿਬ ਨੇ ਫਿਰ ਸਭ ਬੱਚਿਆਂ ਵਾਸਤੇ ਵੀ ਕੁਲਫੀਆਂ ਲਿਆਂਦੀਆਂ, ਅਤੇ ਨਾਲ ਪਹਿਲਾ ਸਾਹਿਬ ਦਾ ਤੁਸੀਂ ਮੂੰਹ ਦੇਖ ਸਕਦੇ ਹੋ, ਵੱਡਿਆਂ ਵਾਸਤੇ ਵੱਡੀਆਂ ਕੁਲਫੀਆਂ ਲਿਆਂਦੀਆਂ, ਆਪੀਆਂ ਵਾਸਤੇ ਵੀ। ਹਾਂਜੀ, ਇੱਥੇ ਈਸਾ ਸਾਹਿਬ ਕਹਿੰਦੇ ਨੇ ਕਿ ਸਾਰੇ ਬੱਚੇ, ਚਲੋ ਬੱਚੇ ਵੀ ਕੁਲਫੀਆਂ ਖਾਣ ਅਤੇ ਵੱਡੇ ਵੀ ਕੁਲਫੀਆਂ ਖਾਣ। ਹਾਂਜੀ, ਅਤੇ ਨਾਲ ਹੀ ਦੂਸਰੇ ਦਿਨ ਸੁਬੋ ਸੀ ਮਿਰਹਾ ਦੀ ਸਾਲਗਿਰਾ, ਤੋ ਅਬੀਹਾ ਜਿਹੜੀ ਉਹ ਗਿਫਟ ਮਿਰਹਾ ਨੂੰ ਦੇ ਦਿੱਤਾ ਨੇ ਅੱਜ ਲੈ ਕੇ, ਕਹਿੰਦੀ ਹੈ ਕਿ ਸੁਬੋ ਫਿਰ ਨਹੀਂ ਟਾਈਮ ਮਿਲਣਾ, ਸਫ਼ਰ ਬਹੁਤ ਦੂਰ ਹੈ, ਸੁਬਹਾ ਨਹੀਂ ਆਉਣ ਹੋਣਾ, ਤਾਂ ਚਲੋ ਮੈਂ ਅੱਜ ਹੀ ਕੰਮ ਕਰਾ ਦੇਵਾਂ ਹੈ। ਅਤੇ ਮਿਰਹਾ ਦਾ ਗਿਫਟ ਜਿਹੜਾ ਕਹਿ ਰਹੀ ਹੈ ਕਿ ਆਪ ਹੀ ਦੇਖ ਲਓ, ਹਾਲਾਂ ਨੂੰ ਵਹਾ ਰਹੀ ਹੈ। ਹਾਂਜੀ, ਅਤੇ ਨਾਲ ਹੀ ਕਹਿੰਦੀ ਕਿ ਮੈਂ ਪੌਨੀ ਲਗਾਈ, ਹਾਲਾਂ ਕਹਿੰਦੀ ਦਿਖਾ ਫਿਰ ਨੇੜੇ ਨੇੜੇ ਕਰਕੇ ਦਿਖਾਉਣ ਲੱਗੀ। ਹਾਂਜੀ, ਅਤੇ ਫਿਰ ਸਭ ਬੱਚਿਆਂ ਨੂੰ ਕਹਿੰਦੀ ਕੁਲਫੀਆਂ ਮੈਂ ਦੇਣੀਆਂ ਨੇ। ਫਿਰ ਗਈ ਕਹਿੰਦੀ ਸੈਮ ਬਾਈ ਕੁਲਫੀ ਖਾ ਲਓ, ਸੈਮ ਨੇ ਦਿੱਤੀ ਸਤਲਾਨ ਨੂੰ। ਜ਼ਾਹਿਰ ਬੱਚੇ ਬਹੁਤ ਖੁਸ਼ ਹੁੰਦੇ ਨੇ ਨਾ, ਕਹਿੰਦੇ ਨੇ ਕਿ ਬਾਈ ਮੈਂ ਚੀਜ਼ ਦੇਵਾਂ, ਇਹਨੂੰ ਦੇਵਾਂ, ਇਹਨੂੰ ਦੇਵਾਂ। ਹਾਂ, ਸਭ ਨੂੰ ਕੁਲਫੀਆਂ ਦੇ ਰਹੀ। ਫਿਰ ਕਹਿ ਰਹੀ ਉਹ ਹਾਲਾ ਔਰ ਦੋ ਹਾਲਾ ਛਾਂਦੇ ਨੂੰ ਵੀ ਦੇਖ ਕੇ ਆਵਾਂ। ਉਹਦੇ ਕਮਰੇ 'ਚ ਗਈ ਜਾ ਕੇ ਹਾਲਾ ਛਾਂਦੇ ਨੂੰ ਦਿੱਤੀ, ਫਿਰ ਨਾਲ ਨਾਲ ਥੈਂਕ ਯੂ ਕਰ ਰਹੀ, ਨਾਲ ਨਾਲ ਥੈਂਕ ਯੂ ਬੋਲ ਰਹੀ, ਨਾਲ ਨਾਲ ਗੁੱਡ ਕਰ ਰਹੀ। ਹਾਂ, ਤਾਂ ਮਾਸ਼ਾਅੱਲਾ ਬਹੁਤ ਹੀ ਖੁਸ਼ ਹੋਈ। ਨਾਲ ਹੀ ਜਨਾਬ ਸੁਬਹਾ ਹੋ ਗਈ, ਬਿਹਾ ਦੇ ਕੁਲਫੀਆਂ ਸ਼ੁਲਫੀਆਂ ਦੇ ਕੇ ਚਲੀ ਗਈ। ਨਾਲ ਹੀ ਅਗਲਾ ਦਿਨ ਹੋ ਗਿਆ, ਸੁਬਹਾ ਹੋ ਗਈ, ਅਤੇ ਨਾਲ ਹੀ ਮਿਰਹਾ ਦੀ ਮਾਸ਼ਾਅੱਲਾ ਸਾਲਗਿਰਾ। ਜੇ ਆ ਮੇਰਾ ਛੋਟਾ ਦੇਵਰ ਹੈ ਮਾਸ਼ਾਅੱਲਾ, ਉਹਦੀ ਛੋਟੀ ਬੇਟੀ ਮਾਸ਼ਾਅੱਲਾ, ਅਲਹਮਦੁਲਿਲਾ। ਅੱਲਾਹ ਪਾਕ ਜ਼ਿੰਦਗੀ ਤੰਦਰੁਸਤੀ ਦੇਵੇ, ਅੱਲਾਹ ਪਾਕ ਨੇਕ ਕਰੇ, ਅੱਲਾਹ ਪਾਕ ਨਸੀਬ ਅੱਛੇ ਕਰੇ, ਅੱਲਾਹ ਸਭ ਦੇ ਬੱਚੀਆਂ ਬੱਚਿਆਂ ਦੇ ਨਸੀਬ ਅੱਛੇ ਕਰੇ, ਅੱਲਾਹ ਸਭ ਨੂੰ ਜ਼ਿੰਦਗੀ ਤੰਦਰੁਸਤੀ ਦੇਵੇ, ਆਮੀਨ ਸੁਮ ਆਮੀਨ। ਅਤੇ ਮਾਸ਼ਾਅੱਲਾ ਟੈਨਸ਼ਨ ਹੋ ਕੇ ਤਾਂ ਖੜ੍ਹੀ ਹੋਈ, ਕਹਿੰਦੀ ਕਿ ਤਸਵੀਰ ਬਣਾਵੋ। ਬੱਚੇ ਬਹੁਤ ਖੁਸ਼ ਹੁੰਦੇ ਨੇ ਨਾ, ਕਿ ਕਹਿੰਦੇ ਨੇ ਹੈਪੀ ਬਰਥਡੇ ਆ ਰਹੀ ਸਾਡੀ, ਹੈਪੀ ਬਰਥਡੇ ਆ ਰਹੀ। ਬਹੁਤ ਸ਼ੌਕ ਹੁੰਦਾ ਬੱਚਿਆਂ ਨੂੰ ਕਿ ਕੇਕ ਕੱਟਣਾ ਹੋਵੇ, ਬਸ ਹੋਰ ਕੁਛ ਨਹੀਂ, ਸਿਰਫ ਕੇਕ ਅਤੇ ਗੁਬਾਰਿਆਂ ਦੇ ਬੱਚਿਆਂ ਨੂੰ ਸ਼ੌਕ ਹੁੰਦਾ। ਹਾਂ, ਅਤੇ ਨਾਲ ਇੱਧਰ ਡੈਕੋਰੇਸ਼ਨ ਵੀ ਹੋ ਗਈ, ਅਤੇ ਸਾਡੇ ਅੰਮੀ ਜਾਨ ਬੈਠੇ ਹੋਏ ਨੇ ਨਾਲ, ਪਿੱਛੇ ਮੁਹੰਮਦ ਅਜ਼ਲਾਨ ਹੈ, ਮੁਹੰਮਦ ਸਾਇਮ ਬੈਠਿਆ ਹੋਇਆ ਕੇਕ ਦਾ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਕੇਕ ਕੱਟਣਾ ਹੋਵੇ ਤਾਂ ਸਾਨੂੰ ਮਿਲੇ। ਹਾਂਜੀ, ਅਤੇ ਨਾਲ ਹੀ ਹੈ ਮਿਰਹਾ ਵੀ ਹੈ ਜਿਹੜੀ, ਅਤੇ ਸਾਰੇ ਬੱਚੇ ਬੈਠੇ ਹੋਏ ਨੇ, ਅਤੇ ਲਓ ਜੀ ਇੱਧਰ ਆ ਗਿਆ ਕੇਕ, ਅਤੇ ਕੇਕ ਦੀ ਵੀ ਡੈਕੋਰੇਸ਼ਨ ਤੁਸੀਂ ਵੇਖ ਸਕਦੇ ਹੋ। ਅਤੇ ਮਾਸ਼ਾਅੱਲਾ ਮਿਰਹਾ 3 ਸਾਲ ਦੀ ਹੋ ਗਈ, ਅਤੇ ਬੱਚੇ ਵੀ ਸਾਰੇ ਆਸਤਾ ਆਸਤਾ ਕੇਕ ਦੇ ਨਜ਼ਦੀਕ ਆ ਰਹੇ ਨੇ, ਅਤੇ ਬਸ ਮੇਰਾ ਪੁੱਤਰ ਸਾਰੀਆਂ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਨੇ, ਕਿਉਂਕਿ ਕੇਕ ਦੀ ਕਟਿੰਗ ਹੋਣ ਲੱਗੀ। ਹਾਂਜੀ, ਬੱਚਿਆਂ ਨੂੰ ਬਹੁਤ ਹੀ ਸ਼ੌਕ ਹੁੰਦਾ ਨਾ ਕੇਕ ਦਾ। ਹਾਂਜੀ, ਅਤੇ ਸਾਰੇ ਬੱਚੇ ਆ ਗਏ, ਅਤੇ ਇਹ ਮੁਹੰਮਦ ਅਲੀ ਵੀ ਆ ਗਿਆ, ਅਤੇ ਉਹ ਵੀ ਦੇਖ ਰਿਹਾ ਕਿ ਬਹੁਤ ਹੀ ਸੋਹਣੀ ਡੈਕੋਰੇਸ਼ਨ ਹੋ ਗਈ, ਅਤੇ ਗੁਬਾਰੇ ਸ਼ੁਬਾਰੇ ਲੱਗ ਗਏ ਨੇ, ਅਤੇ ਉਹਦਾ ਦਿਲ ਕਰ ਰਿਹਾ ਸੀ ਕਿ ਜਲਦੀ ਜਲਦੀ ਗੁਬਾਰੇ ਲੱਥਣ, ਅਤੇ ਮੈਂ ਫਿਰ ਠਾਹ ਠਾਕ ਕਰਾਂ। ਬੱਚਿਆਂ ਦਾ ਇਹ ਦਿਲ ਕਰਦਾ ਗੁਬਾਰੇ ਉਤਾਰ ਕੇ ਦੇ ਦਿਓ, ਅਤੇ ਬਸ ਸੂਈ ਖੋ ਬਈਆਂ ਫਿਰ ਚੂੰਡੀ ਮਾਰ ਕੇ, ਅਤੇ ਬਸ ਠਾਹ ਕਰ ਦਿਓ। ਹਾਂਜੀ, ਅਤੇ ਇੱਧਰ ਕੇਕ ਕਟਿੰਗ ਹੋਣ ਲੱਗਾ, ਬੱਚੇ ਪਹਿਲੇ ਤਾਂ ਵਿਚਾਰੇ ਇੱਕਦਮ ਡਰ ਗਏ ਕਿ ਇਹ ਕੀ ਹੋ ਗਿਆ, ਅਤੇ ਨਾਲ ਹੀ ਫਿਰ ਸਾਰਿਆਂ ਨੇ ਛੁਰੀਆਂ ਚਾਕੂ ਚੁੱਕ ਲਏ, ਉਹਨਾਂ ਕਿਹਾ ਕਿ ਚਲੋ ਬਾਈ ਆ ਜਾ ਕੇਕ ਤੂੰ ਹੋਵੇਂ ਅਤੇ ਅਸੀਂ ਹੋਈਏ। ਸਾਰੇ ਨੇ ਮਾਸ਼ਾਅੱਲਾ ਮਿਰਹਾ ਦਿੱਤੇ, ਉਹ ਤਾਂ ਬਹੁਤ ਹੀ ਇੰਝ ਹੋ ਗਈ, ਕਨਫਿਊਜ਼ ਹੋ ਗਈ ਕਿ ਮਾਸ਼ਾਅੱਲਾ ਬਾਈ ਕੇਕ ਕੱਢ ਵੀ ਕੀਤਾ, ਮੈਨੂੰ ਪਤਾ ਹੀ ਨਹੀਂ ਲੱਗਾ ਹੈ। ਇਹ ਨਾਲ ਹੀ ਮਾਸ਼ਾਅੱਲਾ ਇਹਨੇ ਮਿਰਹਾ ਦੇ ਮਾਮੂ ਦਾ ਬੇਟਾ ਹੈ ਮਾਸ਼ਾਅੱਲਾ,
ਨਾਲ ਹੀ ਇਹਦੇ ਫੁੱਫੋ ਦੀ ਬੇਟੀ ਹੈ, ਨਾਲ ਫੁੱਫੋ ਦਾ ਬੇਟਾ ਹੈ, ਨਾਲ ਇੱਕ ਮਾਮੀ ਦੀ ਬੇਟੀ ਹੈ ਮਾਸ਼ਾਅੱਲਾ। ਹਾਂਜੀ, ਅਤੇ ਮਾਮੂ ਦੇ ਬੱਚੇ ਆਏ ਨੇ ਮੇਰੇ ਹਸ਼ਦਾਦੀ ਦੇ, ਨਾਲ ਫੁੱਫੋ ਦੇ ਬੱਚੇ, ਨਾਲ ਚਾਚੂਆਂ ਦੇ ਬੱਚੇ, ਮਾਸ਼ਾਅੱਲਾ ਸਾਰੇ ਇੰਜੋਏ ਕਰ ਰਹੇ ਨੇ। ਕੇਕ ਸ਼ੇਕ ਕੱਟ ਹੋ ਗਿਆ ਸਾਡਾ, ਅਤੇ ਹੁਣ ਬੱਚਿਆਂ ਨੂੰ ਜਿਹੜਾ ਕੱਟ ਕੁੱਟ ਕੇ ਦੇਵਣਗੇ, ਇੰਜੋਏ ਕਰਨਗੇ। ਹਾਂਜੀ, ਅਤੇ ਨਾਲ ਹੀ ਪਹਿਲਾਜ ਸਾਹਿਬ ਗਿਫਟ ਪਕੜ ਕੇ ਖਲੋਤੇ ਹੋਏ ਸਨ, ਕਹਿ ਰਹੇ ਸਨ ਕਿ ਮੈਂ ਗਿਫਟ ਮੇਰੇ ਹੰਨ ਦੇਵਾਂ ਕਿ ਨਾ ਦੇਵਾਂ। ਬੱਚੇ ਇਸ ਤਰ੍ਹਾਂ ਕਰਦੇ ਨਾ, ਗਿਫਟ ਇੱਕ ਵਾਰ ਦੇਖ ਨਾ ਫਿਰ ਕਹਿੰਦੇ ਨੇ ਕਿ ਸਾਡਾ ਗਿਫਟ ਵਾਪਸ ਦੇਵੋ। ਸਾਰੇ ਫਿਰ ਬੱਚੇ ਜੀ ਹੁੰਦੇ ਨੇ, ਇੱਥੇ ਬੱਚੇ ਇਸ ਤਰ੍ਹਾਂ ਨਾ ਕਰਨ ਤਾਂ ਫਿਰ ਇਹਨਾਂ ਨੂੰ ਬੱਚਾ ਕੌਣ ਬੋਲੇ। ਹਾਂਜੀ, ਉਹ ਮਾਸ਼ਾਅੱਲਾ ਅਨਾਇਆ ਵੇ, ਉਹ ਨਾਲ ਮਿਰਹਾ ਦੇ ਮਾਮੂ ਦੀ ਬੇਟੀ ਮਾਸ਼ਾਅੱਲਾ। ਐਂ ਤਾਂ ਕੇਕ ਕਟਿੰਗ ਸ਼ਟਿੰਗ ਹੋ ਗਿਆ, ਅਤੇ ਹੁਣ ਬੱਚੇ ਸਾਰੇ ਖਾ ਰਹੇ ਨੇ ਅਤੇ ਬਹੁਤ ਹੀ ਖੁਸ਼ ਹੋ ਰਹੇ ਨੇ ਕਿ ਚਲੋ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ ਨੇ, ਕੇਕ ਸਾਡੇ ਸਾਹਮਣੇ ਤੇ ਆ ਗਿਆ ਨਾ। ਹਾਂਜੀ, ਨਾਲ ਹੀ ਹੁਣ ਜਨਾਬ ਆ ਗਈ ਜੀ ਗਿਫਟਾਂ ਦੀ ਵਾਰੀ, ਅਤੇ ਸਭ ਤੋਂ ਪਹਿਲੇ ਮਿਰਹਾ ਦਾ ਗਿਫਟ ਆਇਆ ਮਾਮੂ ਦਾ ਬੇਟਾ ਲੈ ਕੇ। ਲਓ ਜੀ, ਮਿਰਹਾ ਸ਼ਹਿਜ਼ਾਦੀ ਆਪਣਾ ਗਿਫਟ, ਅਤੇ ਨਾਲ ਹੀ ਹੈ ਮਰੀਅਮ ਸ਼ਹਿਜ਼ਾਦੀ ਹੈ ਮਾਸ਼ਾਅੱਲਾ ਇਹ ਵੀ ਗਿਫਟ। ਹਾਂਜੀ, ਇੱਥੇ ਵੀ ਆਪਣੇ ਫੁੱਫੋ ਦੀ ਬੇਟੀ ਨੂੰ ਗਿਫਟ ਦੇ ਰਹੀ ਹੈ, ਅਤੇ ਇਸ ਤਰ੍ਹਾਂ ਵਾਰੀ ਵਾਰੀ ਸਾਰਿਆਂ ਨੇ ਆਪ ਗਿਫਟ ਲਈ ਜਾਣਾ, ਅਤੇ ਕਹਿਣਾ ਕਿ ਚਲੋ ਲਓ ਜੀ ਗਿਫਟ ਲਈ ਜਾਓ। ਹਾਂਜੀ, ਅਤੇ ਨਾਲ ਹੀ ਹੁਣ ਸਮੋਸਿਆਂ ਦੀ ਵਾਰੀ ਆ ਗਈ। ਹਾਂਜੀ, ਨਾਲ ਹੀ ਮੂੰਹ ਪਹਿਲੇ ਮਿੱਠੇ ਕਰੋ, ਅਤੇ ਫਿਰ ਨਾਲ ਹੀ ਨਮਕੀਨ ਮੂੰਹ ਕਰੋ। ਹੈਂ, ਬਹੁਤ ਹੀ ਸੋਹਣੇ ਅਤੇ ਬਹੁਤ ਹੀ ਮਜ਼ੇਦਾਰ ਸਮੋਸੇ। ਮੈਂ ਅਤੇ ਮੁਹੰਮਦ ਈਸਾ ਗਏ ਸਾਂ ਕਿਧਰੇ, ਅੱਜ ਅਸੀਂ ਘਰ ਨਹੀਂ ਸਾਂ ਹੈ, ਅਤੇ ਜਨਾਬ ਈਸਾ ਸਾਹਿਬ ਵਿੱਚ ਨਹੀਂ ਹੈ ਗੁਲਾਗ ਦੇ, ਅਤੇ ਸਭ ਤੋਂ ਪਹਿਲੇ ਹੈ ਸਨ ਜਿਹੜੇ ਬੀਹਾ, ਅਤੇ ਉਹ ਇੱਕ ਦਿਨ ਪਹਿਲੇ ਦਾ ਜਿਹੜਾ ਵੀਡੀਓ ਸੀ। ਅਤੇ ਹੁਣ ਗਿਫਟ ਦੇ ਰਹੇ ਨੇ ਸਾਇਮ ਸਾਹਿਬ, ਅਤੇ ਨਾਲ ਹੀ ਅਨਾਇਆ ਬਾਜੀ ਦੇ ਰਹੇ ਨੇ ਗਿਫਟ। ਹਾਂਜੀ, ਅਤੇ ਮਿਰਹਾ ਮਾਸ਼ਾਅੱਲਾ ਲਈ ਜਾ ਰਹੀ ਹੈ, ਅਤੇ ਖੁਸ਼ ਹੋ ਰਹੀ ਹੈ, ਅਤੇ ਇੱਧਰ ਮੁਹੰਮਦ ਪਹਿਲਾਜ ਦਾ ਬਣ ਗਿਆ ਮੂੰਹ ਥੋੜ੍ਹਾ ਜਿਹਾ, ਕਹਿੰਦਾ ਕਿ ਮੈਂ ਤਾਂ ਨਹੀਂ ਦੇਣਾ ਹੈ। ਬੱਚੇ ਇਸ ਤਰ੍ਹਾਂ ਕਰਦੇ ਨੇ। ਹਾਂਜੀ, ਅਤੇ ਨਾਲ ਹੀ ਫਿਰ ਸਾਡੇ ਵੀ ਸਮੋਸੇ ਉੱਤੇ ਆ ਗਏ ਸੀ, ਕਹਿੰਦੇ ਨੇ ਕਿ ਚਲੋ ਮਾਮਾ ਈਸਾ ਸਾਹਿਬ ਘਰ ਨਹੀਂ ਹੈ, ਫਿਰ ਉਹਨਾਂ ਦੇ ਸਮੋਸੇ ਅਸੀਂ ਸਾਡੇ ਵਾਸਤੇ ਉੱਪਰ ਆ ਗਏ ਸੀ, ਅਤੇ ਅਸੀਂ ਆ ਕੇ ਫਿਰ ਜਨਾਬ ਖਾਧੇ ਮਿਰਹਾ ਦੇ ਸਮੋਸੇ। ਹੈ ਮਿਰਹਾ, ਥੈਂਕ ਯੂ ਸੋ ਮੱਚ ਸਮੋਸਿਆਂ ਵਾਸਤੇ। ਹਾਂਜੀ, ਮਿਰਹਾ ਮਾਸ਼ਾਅੱਲਾ ਫਿਰ ਆ ਕੇ ਕਮਰੇ ਵਿੱਚ ਫੋਟੋ ਸ਼ੂਟ ਕਰਾਉਂਦੀ ਰਹੀ ਹੈ, ਅਤੇ ਨਾਲ ਡੋਗੀਆਂ ਸ਼ੋਗੀਆਂ ਨਾਲ ਖੇਡਦੀ ਰਹੀ, ਬਾਲੂਆਂ ਨਾਲ ਨਾਲ ਪਾਰੀਆਂ ਕਰਦੀ ਹੈ, ਅਤੇ ਨਾਲ ਫਿਰ ਉਹਨਾਂ ਨੂੰ ਥੱਪੜ ਲਗਾਉਂਦੀ ਕਦੀ ਕੁਛ ਕਦੀ ਕੁਛ, ਅਤੇ ਬਹੁਤ ਮਾਸ਼ਾਅੱਲਾ ਖੁਸ਼ ਹੋਏ ਸੀ ਕਿ ਮੇਰਾ ਅੱਜ ਹੈਪੀ ਬਰਥਡੇ ਸੀ ਅਤੇ ਸਾਲਗਿਰਾ ਕੀਤੀ ਹੈ। ਅਤੇ ਸਾਰੇ ਫਿਰ ਬੱਚੇ ਇਸ ਤਰ੍ਹਾਂ ਹੁੰਦੇ ਨੇ, ਇੱਕ ਛੋਟੀ ਸਾਰੀ ਖੁਸ਼ੀ ਹੁੰਦੀ ਹੈ ਬੱਚਿਆਂ ਵਾਸਤੇ। ਵੈਸੇ ਤਾਂ ਬੰਦੇ ਕਹਿੰਦੇ ਨੇ ਕਿ ਸਾਲਗਿਰਾ ਨਹੀਂ ਕਰਨੀ ਚਾਹੀਦੀ, ਵੈਸੇ ਬੱਚਿਆਂ ਦੀ ਖੁਸ਼ੀ ਵਾਸਤੇ ਫਿਰ ਥੋੜ੍ਹਾ ਸਾਰਾ ਬੰਦਾ ਇੰਜੋਏ ਬੱਚਿਆਂ ਨੂੰ ਕਰਾਉਣਾ ਚਾਹੀਦਾ ਹੈ ਜੀ। ਹਾਂਜੀ, ਅਤੇ ਮਾਸ਼ਾਅੱਲਾ ਬਹੁਤ ਹੀ ਸੋਹਣੀ ਇਹਨੇ ਜਿਹੜਾ ਨਾ ਆਪਣੇ ਵਾਲਾਂ ਦੀ ਵੀ ਜਿਹੜੀ ਸਟਾਈਲ ਸਟੂਲ ਬਣਾਏ ਸਨ, ਉਹ ਵੀ ਉਧਾ ਰਹੀ ਬਹੁਤ ਹੀ ਸ਼ੌਕ ਦੇ ਨਾਲ ਮਾਸ਼ਾਅੱਲਾ ਕਰਵਾਉਂਦੀ ਹੈ, ਜਿਹੜਾ ਕੰਘੀ ਸ਼ੰਘੀ ਮੇਕਅਪ ਦਾ ਬਹੁਤ ਹੀ ਇਹਨੂੰ ਸ਼ੌਕ ਹੈ। ਅਬੀਹਾਰ ਆਣੀ ਹੈ, ਉਹਨੂੰ ਵੀ ਬਹੁਤ ਹੀ ਸ਼ੌਕ ਹੈ ਮੇਕਅਪ ਦਾ ਨਾ, ਉਹ ਵੀ ਕਹਿੰਦੀ ਕਿ ਬਸ ਮੇਕਅਪ ਦੇ ਦਿਓ, ਲਿਪਟਿਕ ਦੇ ਦਿਓ। ਹਾਂਜੀ, ਅਤੇ ਉਮੀਦ ਕਰਨੀ ਆ ਕਿ ਆਜਾ ਛੋਟਾ ਜਿਹਾ ਪਿਆਰਾ ਜਿਹਾ ਵਲਾਗ ਤੁਹਾਨੂੰ ਅੱਛਾ ਲੱਗਿਆ ਹੋਵੇਗਾ। ਅੱਛਾ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ, ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰਿਆ ਕਰੋ, ਠੀਕ ਹੈ। ਹਾਂਜੀ, ਅਤੇ ਇਸੇ ਦੇ ਨਾਲ ਅਸੀਂ ਇਜਾਜ਼ਤ ਚਾਹਵਾਂਗੇ, ਆਪਣਾ ਖਿਆਲ ਰੱਖਿਓ, ਓਕੇ, ਅੱਲਾ ਹਾਫਿਜ਼।